ਕੱਲ ਪਤਾ ਨਹੀਂ ਕਿਸੇ ਨੂੰ ਵੀ ਪਤਾ ਕੀ ਹੋਈ ਗੱਲ, ਜਦੋਂ ਇਹ ਆਏ 4:45 ਦੇ ਕਰੀਬ ਰੌਲਾ ਕਾਫੀ ਪੈ ਰਿਹਾ ਸੀਗਾ, ਅਤੇ ਆਵਾਜ਼ ਜਦੋਂ ਸੁਣੀ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ, ਮੈਨੂੰ ਬਚਾ ਲਓ ਮੈਨੂੰ ਬਚਾ ਲਓ, ਸਾਰਿਆਂ ਨੇ ਫਿਰ ਦੇਖਿਆ ਬਹੁਤ ਜ਼ਿਆਦਾ ਬਲੱਡ ਨਿਕਲਿਆ ਆਇਆ ਸੀਗਾ ਇਹਨਾਂ ਦੇ ਬੋਡੀ ਤੋਂ, ਅਤੇ ਸਾਰਾ ਫੇਸ ਨਜ਼ਰ ਆ ਨਹੀਂ ਰਿਹਾ ਸੀਗਾ, ਅਤੇ ਜਦੋਂ ਫਿਰ ਉਹ ਦੇਖਿਆ ਸੀ ਫਿਰ ਐਂਬੂਲੈਂਸ ਨੂੰ ਫੋਨ ਕੀਤਾ 108, ਐਂਬੂਲੈਂਸ ਜਦੋਂ ਆਈ 10 ਮਿੰਟ ਲਗਾ ਲਏ ਉਹਨਾਂ ਨੇ ਐਂਬੂਲੈਂਸ ਨੂੰ ਆਉਂਦੇ ਆਉਂਦੇ, ਅਤੇ ਜਦੋਂ ਲੈ ਕੇ ਪਾ ਕੇ ਫਿਰ ਹੋਸਪਿਟਲ ਲੈ ਕੇ ਆਏ, ਫਿਰ ਉਹਨਾਂ ਨੇ ਜਵਾਬ ਦਿੱਤਾ ਸੀਗਾ। ਸਰ ਉਹਨਾਂ ਨੇ ਦੱਸਿਆ ਕੀ ਗੱਲ ਹੋਈ ਹੈ ਕਿ? ਕੁਛ ਨਹੀਂ ਕਹਿ ਰਹੇ ਸੀਗੇ ਕਿ ਇੱਕ ਲੜਕਾ ਆਇਆ ਸੀਗਾ, ਇਹ ਜੰਮੂ ਤੋਂ ਆਇਆ ਸੀਗਾ ਇੱਕ ਲੜਕਾ, ਇੱਦਾਂ ਕਹਿ ਰਿਹਾ ਸੀਗਾ, ਬਸ ਹੋਰ ਕੁਛ ਨਹੀਂ ਹਲੇ ਪਤਾ ਲੱਗਾ ਕਿ ਕੌਣ ਸੀਗਾ, ਕਿੱਥੋਂ ਆਇਆ ਸੀ ਬੰਦਾ, ਕੌਣ ਰਾਤੀ ਇਹ ਰਿਹਾ ਸੀਗਾ, ਕਿਉਂਕਿ ਫੈਮਿਲੀ ਇਹਨਾਂ ਦੀ ਗਈ ਹੋਈ ਸੀਗੀ ਅਤੇ ਇਕੱਲੇ ਸੀਗੇ ਘਰ, ਹੋਰ ਕੋਈ ਨਹੀਂ ਸੀ। ਇਹ ਬਾਬ ਬਾਲਨਾ ਦਾ ਮੰਦਿਰ ਆ, ਉਹਨਾਂ ਦੀ ਗੱਦੀ ਹੈਗੀ ਆ ਅਤੇ ਉੱਥੇ ਬੈਠੇ ਹੋਏ ਸੀਗੇ। ਸਰ ਇਹਨਾਂ ਨੇ ਦੱਸਿਆ ਉਹ ਲੜਕਾ ਜੰਮੂ ਤੋਂ? ਜੰਮੂ ਤੋਂ ਕਹਿ ਰਹੇ ਸੀ, ਹਲੇ ਹੁਣ ਕਨਫਰਮ ਨਹੀਂ ਹੈਗਾ ਕਿ ਕਿਹੜਾ ਲੜਕਾ ਸੀਗਾ, ਉਹਨਾਂ ਨੇ ਇੰਨਾ ਕਿਹਾ ਕਿ ਜੰਮੂ ਤੋਂ ਸੀਗਾ ਲੜਕਾ, ਇੱਕ ਜੰਮੂ ਤੋਂ ਸੀਗਾ ਲੜਕਾ, ਉਹ ਆਇਆ ਸੀਗਾ ਮੈਨੂੰ ਬਚਾ ਲਓ ਮੈਨੂੰ ਬਚਾ ਲਓ, ਬਸ ਇੰਨਾ ਕਹਿ ਰਹੇ ਸੀਗੇ, ਹੋਰ ਕੁਛ ਨਹੀਂ ਸਾਨੂੰ ਪਤਾ ਹਲੇ ਕੀ ਹੋਇਆ ਸੀਗਾ, ਕਿਉਂਕਿ ਜਦੋਂ ਆਏ ਨੀਚੇ ਉੱਤਰ ਗਏ ਪੌੜੀਆਂ ਤੋਂ ਨੀਚੇ ਗਲੀ 'ਚ ਆ ਕੇ, ਐਂ ਸਾਰਾ ਖੂਨ ਦੇ ਨਾਲ ਸੀਗੇ ਮਤਲਬ। ਅਤੇ ਸਰ ਇਹਨਾਂ ਦਾ ਨਾਮ ਕੀ ਹੈ ਬਾਬਾ ਜੀ ਦਾ? ਬਾਬਾ ਜੀ ਨਾਮ ਹੈਗਾ ਆ ਬਲਵੀਰ ਕੁਮਾਰ। ਅੱਛਾ ਜੀ, ਅਤੇ ਸਰ ਉੱਥੇ ਮੌਕੇ 'ਤੇ ਪੁਲਿਸ ਨੂੰ ਤੁਸੀਂ ਤਲਾਸ਼? ਹਾਂਜੀ, ਪੁਲਿਸ ਨੂੰ ਉਹੀ ਫੋਨ ਕੀਤਾ ਸੀਗਾ ਅਤੇ ਉਹ ਮਤਲਬ ਜਦੋਂ ਆ ਤੋਂ ਆਈ ਸੀਗੀ, ਮਤਲਬ ਫਿਰ ਟਾਈਮ ਲਿਆ ਉਹਨਾਂ ਨੇ, ਉਹਦੇ ਨੂੰ ਹੀ ਐਂਬੂਲੈਂਸ 'ਚ ਪਾ ਕੇ ਉਹਨੂੰ ਲਿਆਏ ਸੀਗੇ ਜਲੰਧਰ। ਤੁਹਾਨੂੰ ਕੀ ਲੱਗਦਾ ਵਾਰਦਾਤ ਮਰਡਰ ਹੈਗੀ ਹੈ ਜਾਂ ਕੀ? ਕੁਛ ਕਹਿ ਨਹੀਂ ਸਕਦੇ ਇਸ ਬਾਰੇ ਕਿਉਂਕਿ ਸਾਨੂੰ ਕੁਛ ਪਤਾ ਨਹੀਂ ਸੀ ਵੀ ਹੋਇਆ ਕੀ ਹੈ, ਅਸੀਂ ਖੁਦ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਹੋ ਹੀ ਗਿਆ ਇੱਕਦਮ, ਠੀਕ ਹੈ ਨਾ, ਉਹੀ ਦਿਮਾਗ ਸਾਰਾ ਕੁਛ ਕੰਮ ਨਹੀਂ ਕਰ ਰਿਹਾ ਸੀ ਕਿ ਹੋ ਹੀ ਗਿਆ ਇਹ ਚੀਜ਼ ਇੱਕਦਮ, ਜਿੱਦਾਂ ਜਦੋਂ ਬਲੱਡ ਵਗੈਰਾ ਦੇਖਿਆ ਇਹਨਾਂ ਦਾ ਅਤੇ ਹੋ ਹੀ ਗਿਆ, ਕੌਣ ਆਇਆ ਸੀਗਾ, ਕਿਹੜਾ ਸੀਗਾ, ਕਿੱਦਾਂ ਹੋ ਗਿਆ, ਰਾਤੀ ਚੰਗੇ ਭੋਲੇ ਸੀਗੇ ਅਤੇ ਹੁਣ ਸਵੇਰੇ ਕੀ ਹੋ ਗਿਆ ਜੀ? ਸਰ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਹੋਇਆ? ਇਹ 4:45 ਦੇ ਕਰੀਬ ਪਤਾ ਲੱਗਾ ਜਦੋਂ ਇਹਨਾਂ ਨੇ ਇਹ ਰੌਲਾ ਪੈ ਰਿਹਾ ਸੀਗਾ ਕਿ ਆਵਾਜ਼ ਆ ਰਿਹਾ ਸੀਗਾ ਬਚਾ ਲਓ ਮੈਨੂੰ ਬਚਾ ਲਓ, ਅਤੇ ਫਿਰ ਸਾਰਾ ਮੁੱਲਾ ਇਕੱਠਾ ਹੋ ਗਿਆ ਸੀਗਾ ਉੱਥੇ। ਸਰ ਮੰਦਰ 'ਚ ਕੈਮਰੇ ਲੱਗੇ? ਕੈਮਰੇ ਨਹੀਂ ਲੱਗੇ ਮੰਦਰ 'ਚ। ਦਲਵੀਰ ਕੁਮਾਰ ਨਾਮ ਦਾ ਸੀਗਾ ਪੁਜਾਰੀ, ਉਹਦੀ ਅੱਜ ਲਾਸਟ ਨਾਈਟ ਜਿਹੜੀ ਹੈਗੀ ਆ ਉਹ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਉਹਦੇ ਸੱਟਾਂ ਮਾਰੀਆਂ ਔਰ ਰਸਤੇ ਜਾਂਦੇ ਉਹਦੀ ਬਾਅਦ 'ਚ ਡੈਥ ਹੋ ਗਈ ਸੀ। ਔਰ ਉਹਨੇ ਕੋਈ ਵਿੱਕੀ ਨਾਮ ਦਾ ਬੰਦਾ ਹੈਗਾ ਜੰਮੂ ਦਾ, ਉਹਦੇ ਬਾਰੇ ਦੱਸਿਆ ਸੀ ਵੀ ਉਹਨੇ ਮੈਨੂੰ ਮਾਰਿਆ। ਬਾਕੀ ਇਹਦੇ ਬਾਰੇ ਕੇਸ ਰਜਿਸਟਰ ਕਰਤਾ ਹੈਗਾ 302 ਦਾ SHO ਪ੍ਰਤਾਪਗੜ੍ਹ ਵੱਲੋਂ, ਔਰ ਤਫਤੀਸ਼ ਕੀਤੀ ਜਾ ਰਹੀ ਹੈ, ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ। ਇਹ ਤਫਤੀਸ਼ ਸਾਰਾ ਸਾਹਮਣੇ ਆਏਗਾ ਵੀ ਕੀ ਰੰਜਿਸ਼ ਸੀ, ਕਿਉਂ ਸੀਗੀ, ਸਾਰੀ ਤਫਤੀਸ਼ ਵਿੱਚ ਦੇਖਿਆ ਜਾਏਗਾ। 302 IPC ਤਹਿਤ ਪਰਚਾ ਦਰਜ ਕਰਤਾ ਹੈ।